ਐਕਸੀਡੈਂਟ ਹੋ ਚੁੱਕਾ ਅੱਜ 10 ਵਾਰ ਅੱਜ 10 ਵਾਰ ਤੁਹਾਡਾ ਐਕਸੀਡੈਂਟ ਹੋ ਚੁੱਕਿਆ? ਹਾਂ ਜੀ, ਇੱਕ ਅਲੱਗ ਹੋ ਗਿਆ ਸੀ। ਆਪ ਜਾਂਦੇ ਦਿੱਲੀ? ਮੇਰੇ ਬੱਚੇ ਖਾਂਦੇ ਨੇ। ਅੱਛਾ ਅੱਛਾ ਅੱਛਾ, ਜ਼ਰੂਰੀ ਨਹੀਂ ਵੀ ਆਪਾਂ ਇਹਨਾਂ ਨੂੰ ਮਾਇਆ ਦੇ ਕੇ ਸਹਿਯੋਗ ਕਰੀਏ। ਸਹਿਯੋਗ ਹੁੰਦਾ ਵੀ ਤੁਰਦੇ ਫਿਰਦੇ ਆਪਾਂ ਕੁਝ ਨਾ ਕੁਝ ਲੈ ਕੇ ਜ਼ਰੂਰ ਜਾਈਏ। ਜ਼ਰੂਰੀ ਨਹੀਂ ਕਿ ਗਰੀਬ ਵਿਅਕਤੀ ਦੀ ਮਦਦ ਪੈਸੇ ਦੇ ਕੇ ਹੀ ਕੀਤੀ ਜਾਵੇ, ਉਸ ਵਿਅਕਤੀ ਨੂੰ ਰੁਜ਼ਗਾਰ ਦੇ ਕੇ ਜਾਂ ਫਿਰ ਉਸ ਵੱਲੋਂ ਕੀਤੇ ਜਾ ਰਹੇ ਰੋਜ਼ੀ ਰੋਟੀ ਦੇ ਸਾਧਨ ਵਿੱਚ 4 ਪੈਸੇ ਵਟਾ ਕੇ ਵੀ ਉਸ ਗਰੀਬ ਦਾ ਭਲਾ ਕੀਤਾ ਜਾ ਸਕਦਾ ਹੈ। ਕਿਉਂਕਿ ਇਹ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਮੰਗ ਕੇ ਹੀ ਖਾਣ ਵਾਲਾ ਹੋਵੇ। ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਲੱਖ ਗਰੀਬੀ ਹੋਣ ਤੇ ਵੀ ਮਿਹਨਤ ਮਜ਼ਦੂਰੀ ਅਤੇ ਹੱਥਾਂ ਦੀ ਕਿਰਤ ਕਰਕੇ ਖਾਣ ਵਿੱਚ ਹੀ ਮਾਣ ਮਹਿਸੂਸ ਕਰਦੇ ਨੇ। ਅਜਿਹਾ ਹੀ ਇੱਕ ਬਜ਼ੁਰਗ ਵਿਅਕਤੀ ਸਰਹੰਦ ਰਾਜਪੁਰਾ ਰੋਡ ਤੇ ਰੇੜੀ ਲਾ ਕੇ ਬੈਠਾ ਹੈ। ਇਹ ਬਜ਼ੁਰਗ ਐਨਕਾਂ, ਪਰਸ, ਬੈਲਟਾਂ ਆਦਿ ਵਰਗਾ ਛੋਟਾ ਮੋਟਾ ਸਮਾਨ ਵੇਚ ਕੇ ਆਪਣਾ ਗੁਜ਼ਰ ਬਸਰ ਕਰਦੇ ਨੇ। ਜਿਨ੍ਹਾਂ ਨੂੰ ਮਿਲਣ ਪਹੁੰਚੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਸੇਵਾਦਾਰ ਭਾਈ ਬਰਜਿੰਦਰ ਸਿੰਘ ਪਰਵਾਨਾ ਨੇ ਜਦੋਂ ਬਜ਼ੁਰਗ ਵਿਅਕਤੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕਿਹਾ ਹੈ ਕਿ ਉਹ ਲੰਮੇ ਸਮੇਂ ਤੋਂ ਇਹੀ ਕੰਮ ਕਰ ਰਹੇ ਨੇ। ਕਈ ਵਾਰ ਉਹਨਾਂ ਦਾ ਐਕਸੀਡੈਂਟ ਤੱਕ ਹੋ ਚੁੱਕਿਆ ਹੈ, ਪਰ ਉਹਨਾਂ ਨੇ ਮੰਗਣ ਨਾਲੋਂ ਜ਼ਿਆਦਾ ਮਿਹਨਤ ਕਰਕੇ ਖਾਣ ਨੂੰ ਤਰਜੀਹ ਦਿੱਤੀ ਹੈ। ਮੈਂ ਅੱਗੇ ਵੀ ਕਈ ਵਾਰ ਦੇਖਦਾ ਤੁਸੀਂ ਰਾਜਪੁਰੇ, ਸਾਡਾ ਪੱਲੇ ਪਾਸੇ ਤੁਹਾਡੇ ਦਿੱਲੇ ਪਾਸੇ ਆ, ਅਤੇ ਸਾਨੂੰ ਕਿਸੇ ਵੀਰ ਦਾ ਮੈਸੇਜ ਆਇਆ ਸੀਗਾ ਵੀ ਤੁਸੀਂ ਬਿਮਾਰ ਸੀਗੇ, ਪੁੱਛੀ ਸੀ ਬਿਮਾਰ ਹੋ ਗਈ ਸੀ ਥੋੜ੍ਹੀ ਦੇਰ ਪਹਿਲਾਂ, ਤੁਹਾਡੀ ਸਿਹਤ ਕਿਵੇਂ ਹੁਣ? ਆ ਹੱਥ ਨੂੰ ਕੀ ਹੋਇਆ? ਟੁੱਟ ਗਿਆ ਸੀ ਹਾਂਜੀ, ਬਾਪੂ ਜੀ। ਇਹ ਤੁਸੀਂ ਜਿਹੜੀਆਂ ਆ ਐਨਕਾਂ ਉਣਕਾਂ ਨੇ ਇਹ ਕਿੱਥੋਂ ਲੈ ਕੇ ਆਉਂਦੇ ਹੋ? ਮਤਲਬ ਆਪ ਜਾਂਦੇ ਦਿੱਲੀ? ਮੇਰੇ ਬੱਚੇ ਖਾਂਦੇ ਨੇ। ਅੱਛਾ ਅੱਛਾ ਅੱਛਾ, ਬਾਪੂ ਜੀ ਦੀ ਗੱਲ ਬਹੁਤ ਘੱਟ ਸਮਝ ਆਉਂਦੀ ਹੈ ਥੋੜਾ ਜਿਹਾ। ਮਾਲ ਕਿੱਥੇ ਹੀ ਲਿਆ? ਅੱਛਾ ਅੱਛਾ, ਅੱਛਾ ਜੀ, 510 ਦਾ ਕਿੰਨੇ ਦੀ ਐਨਕ ਹੈ? ਇਸ ਦੌਰਾਨ ਭਾਈ ਬਰਜਿੰਦਰ ਸਿੰਘ ਪਰਵਾਨਾ ਨੇ ਤਮਾਮ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਅਜਿਹੇ ਗਰੀਬ ਵਿਅਕਤੀਆਂ ਤੋਂ ਕੁਝ ਨਾ ਕੁਝ ਜ਼ਰੂਰ ਖਰੀਦਿਆ ਜਾਵੇ ਤਾਂ ਕਿ ਅਜਿਹੇ ਵਿਅਕਤੀਆਂ ਦੀ ਮਾਲੀ ਮਦਦ ਹੋ ਸਕੇ ਅਤੇ ਉਹ ਵੀ ਸਨਮਾਨ ਦੀ ਰੋਟੀ ਖਾ ਸਕਣ। ਬਾਪੂ ਜੀ, ਤੁਸੀਂ ਸੰਗਤ ਜੀ, ਮੈਂ ਬੇਨਤੀ ਕਰ ਰਿਹਾ ਵੀ ਇਹ ਉਹ ਬਜ਼ੁਰਗ ਨੇ ਜਿਹੜੇ ਮਿਹਨਤਾਂ ਕਰਕੇ ਖਾਂਦੇ ਨੇ,
ਤੇ ਬਾਈ ਵੀ ਕੋਈ ਲੈਣਾ ਹੈ ਬਾਈ ਕੁਛ ਕੋਈ ਲੈਣਾ ਆਇਆ ਪੁੱਤਰ ਦੇਖ ਲੈ ਜੂ ਅੱਛਾ ਅੱਛਾ ਤੇ ਇਹ ਉਹ ਲੋਕ ਨੇ ਜਿਹੜੇ ਮਿਹਨਤ ਕਰਕੇ ਖਾਂਦੇ ਨੇ ਆਹ ਦੇਖੋ ਬਾਪੂ ਜੀ ਕੋਲ ਚਲੋ ਸਿੰਪਲ ਪਰਸ ਪਏ ਨੇ ਸਿੰਪਲ ਆਹ ਸਮਾਨ ਪਿਆ ਹੋਇਆ ਤੇ ਤੁਸੀਂ ਇੱਥੋਂ ਲੰਘਦੇ ਜਦੋਂ ਅਸੀਂ ਰਾਜਪੁਰੇ ਤੋਂ ਸਰਹੱਦ ਨੂੰ ਜਾਂਦੇ ਹਾਂ ਤਾਂ ਰੋਡ ਦੇ ਪੁਲ ਦੇ ਨਾਲ ਬਾਪੂ ਜੀ ਬੈਠੇ ਨੇ ਸੋ ਇੱਦਾਂ ਦੇ ਕੋਲੋਂ ਕੁਝ ਨਾ ਕੁਝ ਲਿਆ ਕਰੋ ਜ਼ਰੂਰ ਲਿਆ ਕਰੋ ਕੁਝ ਨਾ ਕੁਝ ਤਾਂ ਇਹਨੂੰ ਬੈਲਟ ਲਾ ਲੈਣ ਹੈਂ ਲੈ ਲੈ ਬੈਲਟ ਕਿਹੜੀ ਲੈਣੀ ਹੈ ਤੇ ਬਾਪੂ ਜੀ ਤੂੰ ਕਿਹੜੀ ਬੈਲਟ ਲੈਣੀ ਵੀ ਲੈ ਲੈ ਤੂੰ ਵੀ ਤੂੰ ਕੀ ਲੈਣਾ ਤੂੰ ਐਨਕ ਲੈਣੀ ਹੈ ਐਨਕ ਲੈ ਲੈ ਕਿਹੜੀ ਲੈਣੀ ਹੈ ਮੇਰੇ ਤਾਂ ਨਿਗਾਹ ਵਾਲੀਆਂ ਨੇ ਲੈ 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 ਜਲਦੀ ਲੈ ਲੈ ਨਿਗਾਹ ਵਾਲੀ ਵੀ ਹੈਗੀ ਹੈ ਅੱਛਾ ਸਭ ਕੁਝ ਰੱਖਿਆ ਤੁਸੀਂ ਕਿਆ ਬਾਤ ਹੈ ਸੋ ਇੱਦਾਂ ਦੇ ਬਜ਼ੁਰਗਾਂ ਕੋਲੋਂ ਕੁਝ ਨਾ ਕੁਝ ਤੁਸੀਂ ਬਾਪੂ ਦੀ ਸਿਹਤ ਵੇਚ ਸਕਦੇ ਹੋ ਬਾਪੂ ਜੀ ਦਾ ਐਕਸੀਡੈਂਟ ਵੀ ਕਾਫੀ ਵਾਰ ਹੋਇਆ ਸੋ ਜ਼ਰੂਰੀ ਨਹੀਂ ਵੀ ਆਪਾਂ ਇਹਨਾਂ ਨੂੰ ਮਾਇਆ ਦੇ ਕੇ ਸਹਿਯੋਗ ਕਰੀਏ ਸਹਿਯੋਗ ਹੁੰਦਾ ਵੀ ਤੁਰਦੇ ਫਿਰਦੇ ਆਪਾਂ ਕੁਝ ਨਾ ਕੁਝ ਲੈ ਕੇ ਜ਼ਰੂਰ ਜਾਈਏ ਲੈ ਕੇ ਜਾਈਏ ਕੁਛ ਨਾ ਕੁਛ ਵਾਹ ਬਾਪੂ ਜੀ ਪਰਸ ਪੁਰਸ ਵੀ ਰੱਖੇ ਨੇ ਮੇਰੇ ਕੋਲ ਤਾਂ ਇੰਨੇ ਪੈਸੇ ਨਹੀਂ ਹੁੰਦੇ ਮੈਂ ਪਰਸ ਚ ਪਾ ਲਾਂ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਪੂ ਜੀ ਰਾਜਪੁਰਾ ਸ਼ਹਿਰ ਜਿਹੜਾ ਨਵਾਂ ਬੱਸ ਅੱਡਾ ਉਹਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਇੱਡੀ ਕੁ ਜਗ੍ਹਾ ਤੇ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਇਹੀ ਸਿੱਖਿਆ ਦਿੰਦੇ ਨੇ ਕਿ ਕਿਰਤ ਕਰੋ ਅਤੇ ਵੰਡ ਛਕੋ ਕਿਰਤ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਨਾਮ ਜਪਣਾ ਲਿਹਾਜ਼ਾ ਜੇਕਰ ਕੋਈ ਕਿਰਤ ਕਰ ਰਿਹਾ ਹੈ ਤਾਂ ਉਸਦੀ ਮਦਦ ਕਰਨੀ ਵੀ ਹਰ ਇੱਕ ਸਿੱਖ ਹੀ ਨਹੀਂ ਸਗੋਂ ਹਰ ਇਨਸਾਨ ਦਾ ਫਰਜ਼ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ